बीते दिन अमृतसर विखे बहुत वड्डे पद्धर से परिवार अकाली दल टकसाली के शामिल होने पहुंचे, जिथे पार्टी प्रधान रणजीत सिंह ब्रह्मपुरा वालों उन्हों का पार्टी में निघा स्वागत करदिया कहा गया कि साढ़े लिए अज बहुत वड्डी गल है कि अज वड्डे पद्धर से इन्हां परिवारों ने पार्टी में शामिल होकर जो माण पार्टी को बख्शा है, इस नाल पार्टी में काफ़ी खुशी का माहौल पाया जा रहा है और पार्टी हुण आने वाली 2022 दी चोणों में तीसरा बादल देखने को मिलेगा और श्रोमणी अकाली दल अपने वजूद का पता श्रोमणी कमेटी दी चोणों तो लग जाएगा। श्रोमणी कमेटी और सत्कार कमेटी में हुए तकरार के प्रति गलबात करदे उन्होंने दस्या कि दोवें आपस में इकट्ठे हैं, थोड़ा बहुत तकरार है, इन्होंने फिर तो एकमिक हो जाना है और अपने आप माहौल सही हो जाएगा। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਓਏ ਹਾਜੀ ਵੀ ਅੱਜ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਬਹੁਤ ਹੀ ਵੱਡੀ ਕੁਰਬਾਨੀ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਇੱਕ ਪਰਿਵਾਰ ਰੰਗਰੇਟਾ ਸਾਹਿਬ ਸਰਦਾਰ ਜਗਤ ਸਿੰਘ ਜੀ ਰੰਗਰੇਟਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਆ, MLA ਵੀ ਰਹੇ ਆ ਤੇ ਪ੍ਰਧਾਨ ਵੀ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਉਹਨਾਂ ਦੇ ਸਪੁੱਤਰ ਸਰਦਾਰ ਜੀਤ ਸਿੰਘ ਜੀ ਰੰਗਰੇਟਾ ਸਾਹਿਬ ਤੇ ਚੇਅਰਮੈਨ ਵੀ ਰਹੇ ਆ ਆਪਣੇ ਪੰਜਾਬ ਗੌਰਮੈਂਟ ਦੇ ਵਿੱਚ ਤੇ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆ ਤੇ ਅੱਜ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਆ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ, ਬਹੁਤ ਖੁਸ਼ੀ ਦਾ ਮਾਹੌਲ ਆ, ਮਹਾਰਾਜ ਮਿਹਰ ਕਰੇ ਤੇ ਇਹ ਜਿਹੜਾ ਪੰਥ ਆ ਜਾਂ ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਚੜ੍ਹਦੀ ਕਲਾ ਰਹੇ। ਬਾਕੀ ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਪੰਜਾਬ ਦਾ ਜਿਹੜਾ ਲਾਉਣਾ ਵਾ ਉਹਨਾਂ ਨੇ ਲਾਤਾ ਵਾ ਇੱਥੇ ਚੇਅਰਮੈਨ ਤੇ ਉਸ ਤੋਂ ਬਾਅਦ ਫਿਰ ਅਸੈਂਬਲੀ ਦੀਆਂ ਚੋਣਾਂ ਜਿਹੜੀਆਂ 2020-21 'ਚ ਆਉਂਦੀਆਂ ਨੇ 2022-22 'ਚ ਉਹ ਚੋਣਾਂ ਉਹਦੀ ਤਿਆਰੀ ਵਾਸਤੇ ਸਭ ਤੋਂ ਵੱਡੀ ਗੱਲ ਤਾਂ ਇਹ ਸਾਡੀ ਆ ਵੀ ਜਿੱਥੇ ਵੀ ਅਸੀਂ ਜਾਂਦੇ ਹਾਂ ਇਹ ਗੱਲ ਤਾਂ ਅਸੀਂ ਜ਼ੋਰ ਦੇ ਕੇ ਕਹਿੰਦੇ ਹਾਂ ਕਿ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਹੈ, ਇਕੱਠੀ ਹੋਣੀ ਚਾਹੀਦੀ ਹੈ ਅਤੇ ਖਾਸ ਕਰਕੇ ਉਹ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਉਹਨਾਂ ਦੇ ਖਿਲਾਫ਼ ਨੇ, ਕਾਂਗਰਸ ਦੇ ਵੀ ਖਿਲਾਫ਼ ਨੇ, ਕਿਉਂਕਿ ਹਰਿਮੰਦਰ ਸਾਹਿਬ ਦੀ ਗੱਲ ਆਉਂਦੀ ਹੈ, ਘਰ ਤੱਕ ਦੀ ਗੱਲ ਆਉਂਦੀ ਆ, ਦਿੱਲੀ ਦੇ ਵਿੱਚ ਜੋ ਕੁਛ ਹੋਇਆ ਸਭ ਪਤਾ ਅਤੇ ਆ ਹੁਣ ਜੋ ਕਿਸਾਨਾਂ ਦਾ ਚੱਲ ਰਿਹਾ ਵਾ ਸੰਘਰਸ਼ ਉਹਦੇ ਵਿੱਚ ਬੱਚਾ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਦੇ ਵੀ ਖਿਲਾਫ਼ ਹੈ। ਸੋ ਇਸ ਕਰਕੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਇਕੱਠੇ ਹੋ ਕੇ ਗੱਠਜੋੜ ਬਣੀਏ, ਗੱਠਜੋੜ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਵੀ ਲੜੀਏ ਅਤੇ ਆਉਣ ਵਾਲੀਆਂ ਅਸੈਂਬਲੀ ਦੀਆਂ ਚੋਣਾਂ ਵੀ ਜਿਹੜੀਆਂ ਲੜੀਏ ਅਤੇ ਜਿਹੜੀ ਜਿੱਤ ਆ ਜਿੱਤ ਜਿਹੜੀ ਆ ਨਾ ਲੋਕੀ ਤਾਂ ਇਹ ਕਹਿੰਦੇ ਤੁਸੀਂ ਗੱਠਜੋੜ ਬਣਾਓ ਸਹੀ, ਘਰ ਬੈਠੇ ਤੁਹਾਨੂੰ ਵੋਟਾਂ ਪਾ ਕੇ ਬਣਾ ਦਿੱਤਾ ਕਿ ਗੱਲ ਲੋਕਾਂ ਦੇ ਵਿੱਚ, ਮੈਂ ਨਹੀਂ ਕਹਿੰਦਾ ਲੋਕ ਇਹਨੇ ਇਹਨਾਂ ਲੋਕਾਂ ਤੋਂ ਸਤਾਏ ਲੋਕ ਨੇ, ਲੋਕ ਅੱਕੇ ਲੋਕ ਨੇ, ਲੋਕ ਇਹਨਾਂ ਦੇ ਖਿਲਾਫ਼ ਲੋਕ ਨੇ। ਢੇਡਸਾ ਪਰਿਵਾਰ ਨਾਲ ਚੱਲ ਰਹੀ ਹੈ ਜੀ ਢੇਡਸਾ ਅਤੇ ਅਸੀਂ ਇਕੱਠੇ ਹੀ ਹਾਂ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਕਿ ਅਸੀਂ ਇਸ ਮਸਲੇ ਦੇ ਵਿੱਚ ਸਾਰੇ ਇਕੱਠੇ ਹਾਂ ਅਤੇ ਉਹ ਢੇਡਸਾ ਸਾਹਿਬ ਅਤੇ ਕਿਸਾਨਾਂ ਦੇ ਅੰਦੋਲਨ ਕਿੱਦਾਂ ਵੇਖਦੇ ਹੋ ਜੀ? ਚੱਲਣ ਦੇ ਕਿਸਾਨਾਂ ਵੇਖੋ ਇਹ ਜਿਹੜੇ ਮੋਦੀ ਦੀ ਸਰਕਾਰ ਹੈ, ਚਲੋ ਹਿੰਦੁਸਤਾਨ ਦੀ ਤਾਂ ਗੱਲ ਛੱਡੋ, ਮੁਸਲਮਾਨਾਂ ਦੀ ਦੂਸਰਿਆਂ ਦੀ 370 ਸਭ ਕੁਛ ਇਹਨਾਂ ਇਹ ਹੁਣ ਪੰਜਾਬ ਦੇ ਦਾਲੇ ਹੋਏ ਆ ਵੀ ਪੰਜਾਬ ਜਿਹੜਾ ਵਾ ਇਹ ਜਿਹੜਾ ਇੱਥੇ ਇਹਨੂੰ ਵੀ ਅਸੀਂ ਆਪਣੇ ਰੁੱਕ ਬਾਈ ਕਰੋਕ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲਈਏ ਅਤੇ ਉਹ ਕਾਫ਼ੀ ਜਾਸਤੀਆਂ ਮੁਕਤ ਹੁੰਦੀਆਂ ਰਹੀਆਂ ਲੇਕਿਨ ਹੁਣ ਹੱਦ ਹੋ ਗਈ ਮੋਦੀ ਦੇ ਸਮੇਂ ਦੇ ਵਿੱਚ ਤਾਂ ਹੱਦ ਹੋ ਗਈ ਆ ਕਿ ਇੰਨੀਆਂ ਜਾਸਤੀਆਂ ਜਿਹੜੀਆਂ ਵਾ ਲੋਕਾਂ ਨਾਲ ਹੋ ਰਹੀਆਂ ਅਤੇ ਖਾਸ ਕਰਕੇ ਪੰਜਾਬ ਦੀਆਂ ਲੋਕਾਂ ਨਾਲ ਹੋ ਰਹੀਆਂ। ਜੋ ਸੰਘਰਸ਼ ਆ, ਜੋ ਮੰਡੀਕਰਨ ਦਾ ਵਾ ਜਾਂ ਜੋ ਇਹ MSP ਦੀ ਗੱਲ ਆਈ ਆ, ਤੁਸੀਂ ਮੈਨੂੰ ਦੱਸੋ ਜੀ ਲੱਖਾਂ ਲੋਕ ਜਿਹੜੇ ਆ ਉਹ ਇੱਥੇ ਕੰਮ ਕਰਦੇ ਆ, ਜਿੱਦਣ ਇਹ ਕਾਨੂੰਨ ਬਣ ਗਿਆ ਉਹ ਸਾਰੇ ਜਿਹੜੇ ਲੋਕ ਘਰ ਬਹਿ ਜਾਣ ਉਹਨਾਂ ਨੂੰ ਕਿੱਥੇ ਰੁਜ਼ਗਾਰ ਮਿਲੇਗਾ? ਗਰੀਬ ਲੋਕ ਕਿੱਧਰ ਜਾਣਗੇ? ਭੁੱਖੇ ਮਰ ਜਾਣਗੇ? ਭੁੱਖੇ ਤਾਂ ਅੱਗੇ ਵੀ ਮਰ ਹੀ ਰਹੇ ਆ। ਲੋਕਾਂ ਦੀ ਹਾਲਤ ਕੀ ਆ ਤੁਹਾਡੇ ਸਾਹਮਣੇ ਪਿੰਡਾਂ 'ਚ ਜਾ ਕੇ ਤੁਸੀਂ ਵੇਖੋ
ਵੀ ਸਵੇਰੇ ਜੀ ਦੋ ਕੁੜੀਆਂ ਅੰਡਾ ਦਿੰਦੀਆਂ ਤੇ ਚਾਹ ਬਣਦੀ ਨਹੀਂ, ਸਵੇਰ ਦੀ ਚਾਹ ਹੀ ਨਹੀਂ ਬਣਦੀ ਕਈ ਵਾਰ। ਬਿਲਕੁਲ ਮੈਂ ਤੁਹਾਨੂੰ ਸਹੀ ਗੱਲ ਕਹਿੰਦਾ, ਪਿੰਡਾਂ ਦੀ ਹਾਲਤ ਨਾਲ ਚਾਹ ਕੇ ਆਪਾਂ ਕੁਛ ਲੋਕ ਆਪਣੇ ਆਪ ਨੂੰ ਗਿਣ ਲੈਂਦੇ ਠੀਕ ਆ ਜੀ ਠੀਕ ਆ, ਲੇਕਿਨ ਜਿਹੜੇ 50-60% ਲੋਕ ਗਰੀਬ ਨੇ, ਦਿਹਾੜੀ ਲੱਗੀ ਤੇ ਰੋਟੀ ਰਾਤ ਨੂੰ ਖਾਲੀ ਨਾ ਲੱਗੀ ਤੇ ਆਉਂਦੀ ਚਲੋ ਸਵੇਰੇ ਖਾ ਲਾਂਗੇ, ਆਹ ਹਾਲਤ ਆ। ਤੇ ਇਹਨਾਂ ਨੇ ਜੋ ਹੁਣ ਕੀਤਾ ਵਾ, ਇਹ ਧਰੋਹ ਕੀਤਾ ਪੰਜਾਬ ਦੇ ਨਾਲ, ਜਾਸਤੀ ਕੀਤੀ ਆ, ਵਧੀਕੀ ਕੀਤੀ ਆ, ਔਰ ਪੰਜਾਬ ਨੂੰ ਮਤਲਬ ਸੁਸਾਈਡਲ ਮੋਡ ਤੇ ਲਿਆ ਕੇ ਖੜਾ ਕਰ ਦਿੱਤਾ। ਬ੍ਰਹਮਪੁਰਾ ਦਾ ਟਾਸਕ ਫੋਰਸ ਤੇ ਜਿਹੜਾ ਹਮਲਾ ਹੋਇਆ, ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਵੀ ਕੈਪਟਨ ਸਰਕਾਰ ਦੀ ਸਹਿਤ ਹੋਇਆ ਜੀ। ਵੇਖੋ ਜੀ, ਇਹ ਤੇ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਤੇ ਇਹਨਾਂ ਦਾ ਜਿਹੜੇ ਆਪਣੇ ਸਰਕਾਰ ਕਮੇਟੀ ਦਾ, ਉਹ ਪਹਿਲਾਂ ਤਾਂ ਰਲ ਮਿਲ ਕੇ ਸਾਰਾ ਕੰਮ ਕਰੀ ਜਾਂਦੇ ਸੀ, ਉਹ ਵੀ ਕਰਦੇ ਸੀ ਉਹ ਵੀ ਕਰਦੇ ਸੀ। ਹੁਣ ਪਤਾ ਕਰਾਈ ਸੀ ਥੋੜ੍ਹਾ ਜਿਹਾ, ਪਤਾ ਨਹੀਂ ਕਿੱਧਰ ਕੀ ਵੱਧ ਗਿਆ, ਸਭ ਠੀਕ ਹੋ ਜੂਗਾ ਮੇਰੇ ਲਈ ਖਿਆਲ। ਓਕੇ, ਆਪਣਾ ਨਾਂ ਦੱਸ ਕੇ ਅੱਜ ਤੁਸੀਂ ਸ਼ਾਮਿਲ ਹੋਇਆ, ਕੀ ਕਹਿਣਾ? ਜੀਤ ਸਿੰਘ ਰਿੰਗਰੇਟਾ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸ਼ਾਮਿਲ ਹੋਇਆ ਜੀ ਟਕਸਾਲੀ ਵਿੱਚ? ਮੈਂ ਕਹਿਣਾ ਚਾਹਾਂਗਾ ਕਿ ਜਿਸ ਜੋ ਪੁਰਾਣੀਆਂ, ਜਿਵੇਂ ਮੈਂ ਦੱਸ ਚੁੱਕਾ ਹਾਂ ਕਿ ਅਕਾਲੀ ਦਲ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਲੈ ਕੇ ਤੁਰਿਆ ਸੀ, ਕੋਈ ਏਮ ਲੈ ਕੇ ਤੁਰਿਆ ਸੀ, ਕਥਨੀ ਅਤੇ ਕਰਨੀ ਦਾ ਪੂਰੇ ਸਨ ਪੁਰਾਣੇ। ਅਤੇ ਮੈਂ ਸੋਚਾਂਗਾ ਤੁਹਾਨੂੰ ਕਹਾਂਗਾ ਕਿ ਬ੍ਰਹਮਪੁਰਾ ਸਾਹਿਬ ਉਨ੍ਹਾਂ ਹੀ ਜਿਹੜੀਆਂ ਕਦਰਾਂ ਕੀਮਤਾਂ ਸੁੱਚੀਆਂ ਅਕਾਲੀ ਦਲ ਨੇ ਸਥਾਪਿਤ ਕੀਤੀਆਂ ਸਨ, ਉਹਨਾਂ ਨੂੰ ਲੈ ਕੇ ਦੁਬਾਰਾ ਸਥਾਪਿਤ ਕਰਨੀ ਉਹਨਾਂ ਨੂੰ, ਅਤੇ ਉਸ ਦੇ ਮੁਤਾਬਕ ਕੰਮ ਕਰਨਗੇ। ਪਾਰਟੀ ਦਾ ਸਹਿਯੋਗ ਰਹੇਗਾ ਜੀ। ਮੈਂ ਜਿਵੇਂ ਕਹਿ ਚੁੱਕਾ ਕਿ ਜਿਵੇਂ ਮੈਂ ਦੱਸਿਆ, ਸਾਡੀਆਂ ਤਿੰਨ ਪਿਛਲੀ ਪੀੜ੍ਹੀਆਂ ਜਿਹੜੀਆਂ ਨੇ ਉਹ ਅਕਾਲੀ ਦਲ ਵਿੱਚ ਚੁੱਕੇ, ਅਤੇ ਮੈਂ ਜੋ ਪਾਰਟੀ ਨੇ ਮੈਨੂੰ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਸ਼ਾਮਿਲ ਕੀਤਾ, ਮੈਂ ਉਸ ਦੇ ਭਰੋਸੇ ਨੂੰ ਆਂਚ ਨਹੀਂ ਲੱਗਣ ਦਿਆਂ। ਸਾਹਮਣੇ ਵੀਰ ਜੀ, ਗੱਲ ਇਹ ਅਕਾਲੀ ਦਲ 'ਚ ਤਾਂ ਮੈਂ ਪਹਿਲਾਂ ਹੀ ਸੀ, ਲੇਕਿਨ ਸਿਰਫ ਇਹ ਕਿ ਹੁਣ ਅਕਾਲੀ ਦਲ ਟਕਸਾਲੀ, ਅਕਾਲੀ ਦਲ ਡੈਮੋਕਰੇਟ ਦੇ ਦੂਸਰੇ ਖੜ੍ਹੇ ਹੋ ਗਏ, ਅਤੇ ਹੁਣ ਮੈਂ ਅਕਾਲੀ ਦਲ ਟਕਸਾਲੀ ਜਿਹੜਾ ਹੈ, ਮੈਂ ਉਹ ਸੋਚਦਾ ਕਿ ਜਿਹੜੀਆਂ ਪੁਰਾਣੀਆਂ ਹੈਗੀਆਂ ਸਰ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਉਹਨਾਂ 'ਤੇ ਚੱਲੇਗਾ, ਇਸ ਕਰਕੇ ਮੈਂ ਇਹਨੂੰ ਜਾਣ ਕਰਦਾ। ਓਕੇ ਜੀ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।